बिल्कुल मैम, इतने ना धरने लगते भी ने और सरकारां वालों पुलिस जी महकमे वालों अपना जोर अजमाई भी जी दिखाई जाती है। चाहे आपां जी ला लिए कॉलेज स्टूडेंट्स दे उत्ते धरने दे उत्ते, चाहे बेरोजगार टीचरां दे धरने उत्ते, चाहे पिछे जे किसानी अंदोलन दे उत्ते, हुण तुहाडे जीरे दे फैक्ट्री दे अगेंस्ट जिहड़ा धरना लगा उत्ते। मेरा एक ये सवाल आता जी है कि तुसी जदों ते धरने ते बैठे सीगे, सारियां अपनियां मावां भैणां बैठियां, जदों इन्हां ने तुहाडे ते जोर अजमाई कीती है पुलिस महकमे ने, गुत्तां पुट्टियां गईयां, जी चुन्नियां पुट्टियां खिच्चियां गईयां, मावां भैणां नूं मारिया कुट्टिया गया है, कि कदे तुसी जी ये सोचिया नहीं या तुहाडे दिल च नहीं आंदा, या सारियां भैणां दे विच, या उन्हां आंदा नहीं कि इन्हां दियां मावां, इन्हां दियां भैणां, इन्हां दियां धीआं वी ये सब कुछ देख रहियां ने, कि इन्हां मुलाजमां दियां मावां भैणां धीआं नूं कोई इन्हां नूं रोकदा नहीं, कोई इन्हां नूं शर्म नहीं दिंदा कि ये तुसी इन्हां धीआं भैणां नाल कर रहे हो, ये भी साडे वर्गियां ही ने। तुहानूं नहीं लगता कि इन्हां दे घर दियां जिहड़ियां जनानियां ने उन्हां नूं, इन्हां नूं शर्म देनी चाहीदी थोड़ी बहुती? बिल्कुल जी, जिस टाइम ते ये चीजा आईया सी, बहुत सारे लोगों ने कमेंट करके इस चीज नूं दर्शाया सी कि जे अज तुसी इन्हां औरतां दे नाल बदसलूकी कर रहे हो तां इन्हां दी जगह ते तुहाडियां अपनियां मावां भैणां भी हो सकदियां, आपदियां धीआं भी हो सकदियां। पर इत्थे रुपिंदर जी, मैं तुहानूं एक गल स्पष्ट कर देनी चाहवां कि साडी औरत जात ਦੇ ਹਿੱਸੇ ਚ ਹਮੇਸ਼ਾ ਵਾਸਤੇ ਦੋ ਲੜਾਈਆਂ ਸਾਹਮਣੇ ਆਣ ਕੇ ਖੜਦੀਆਂ ਨੇ। ਇੱਕ ਟੱਕਰ ਦਾ ਸਾਡੀ ਸਾਡੇ ਸਮਾਜ ਦੇ ਨਾਲ ਹੈ, ਇੱਕ ਟੱਕਰ ਸਾਡੀ ਮਰਦ ਪ੍ਰਧਾਨ ਦੇ ਨਾਲ। ਉਹ ਟੱਕਰ ਕੀ ਆ, ਜਦੋਂ ਇੱਕ ਔਰਤ ਜਾਤ ਆਪਦੇ ਘਰ ਤੋਂ ਨਿਕਲਦੀ ਆ, ਸਾਰਿਆਂ ਤੋਂ ਪਹਿਲਾਂ ਤਾਂ ਉਹਨੂੰ ਸਾਹਮਣਾ ਕਰਨਾ ਪੈਂਦਾ ਇੱਕ ਮਰਦਾਨਗੀ ਦੇ ਨਾਲ, ਇੱਕ ਮਰਦ ਦੇ ਨਾਲ, ਕਿਉਂਕਿ ਬਿਲਕੁਲ ਇੱਕ ਤਾਂ ਉਹ ਲੋਕਾਂ ਦੀ ਜਵਾਬਦੇਹ ਹੁੰਦੀ ਆ, ਇੱਕ ਉਹ ਮਰਦ ਪ੍ਰਧਾਨ ਸਮਾਜ ਨੂੰ ਵੀ ਜਵਾਬਦੇਹ ਹੁੰਦੀ ਆ, ਕਿਉਂਕਿ ਸਾਡਾ ਮਰਦ ਪ੍ਰਧਾਨ ਸਮਾਜ ਆ। ਬਹੁਤ ਸਾਰੇ ਆਫੀਸਰ ਮੈਂ ਉੱਥੇ ਇਹ ਦੇਖੇ ਆ ਕਿ ਹਾਂ ਔਰਤ ਆ ਜਿਹੜੀ ਜੀ, ਇਹਨਾਂ ਤੋਂ ਘਰਾਂ ਚ ਕੰਮ ਨਹੀਂ ਹੁੰਦਾ, ਜਦੋਂ ਕਦੇ ਆ ਔਰਤਾਂ ਨੂੰ ਅੱਗੇ ਖੜਾ ਕਰ ਦਿੰਦੇ ਆ। ਦੇਖੋ, ਧਰਨੇ ਲਾਉਣ ਦੀ ਲੋੜ ਕਿਉਂ ਪੈਂਦੀ? ਅੱਜ ਸਾਨੂੰ ਜੀ ਆਪਦਾ ਹਰ ਰਾਈਟ ਮੰਗਣ ਲਈ ਸ਼ਰਤਾਂ ਤੇ ਕਿਉਂ ਆਉਣਾ ਪੈ ਰਿਹਾ? ਕਿਉਂਕਿ ਸਾਡੀ ਕਾਨੂੰਨੀ ਆਵਸ਼ਕਤਾ ਸਹੀ ਨਹੀਂ, ਸਾਡਾ ਸਿਸਟਮ ਬਿਲਕੁਲ ਸਹੀ ਨਹੀਂ ਚੱਲ ਰਿਹਾ, ਸਾਡੀਆਂ ਸਰਕਾਰਾਂ ਸਹੀ ਬਿਲਕੁਲ ਨਹੀਂ ਚੱਲ ਰਹੀਆਂ, ਜਿਹਦੇ ਕਰਕੇ ਹਰ ਇੱਕ ਚੀਜ਼ ਲੈਣ ਲਈ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ। ਤੇ ਜੇ ਫਿਰ ਸਾਨੂੰ ਸੜਕਾਂ ਤੇ ਉਤਰ ਕੇ ਪੈ ਕੇ ਹੀ ਸਾਨੂੰ ਆਪਦੇ ਹੱਕ ਮਿਲਣੇ ਆ, ਰਾਈਟ ਮਿਲਣੇ ਆ, ਤੇ ਮੈਨੂੰ ਲੱਗਦਾ ਫਿਰ ਇਹ ਸਰਕਾਰਾਂ ਚੁਣਨ ਦਾ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਫਿਰ ਇਹ ਜਿਹੜਾ ਸਰਕਾਰਾਂ ਬਣਾਉਣ ਤੇ ਜਿਹੜਾ ਖਰਚਾ ਹੁੰਦਾ ਚੋਣਾਂ ਦੇ ਵਿੱਚ, ਮੈਨੂੰ ਲੱਗਦਾ ਵੀ ਉਹ ਆਮ ਲੋਕਾਂ ਦੀਆਂ ਜੇਬਾਂ ਚੋਂ ਨਿਕਲ ਕੇ ਜਾ ਰਿਹਾ, ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਇਹ ਲੋਕਤੰਤਰੀ ਸਰਕਾਰਾਂ ਨੇ ਜਾਂ ਲੋਕ ਪੱਖੀ ਸਰਕਾਰਾਂ ਨੇ। ਜਿੱਥੋਂ ਗੱਲ ਆਉਂਦੀ ਆ ਸਾਡੇ ਪ੍ਰਸ਼ਾਸਨ ਦੀ, ਕਿ ਇਸ ਪ੍ਰਸ਼ਾਸਨ ਨੂੰ ਜਿਹੜਾ ਤਸ਼ੱਦਦ ਕਰਨ ਦੇ ਟਾਈਮ ਤੇ ਇਹ ਚੀਜ਼ ਨਜ਼ਰ ਨਹੀਂ ਆਈ। ਤੇ ਸੋ ਮੈਂ ਇੱਥੇ ਗੱਲ ਸਪਸ਼ਟ ਕਰ ਦੇਣਾ ਚਾਹਾਂ ਵੀ ਜਿਨ੍ਹਾਂ ਨੂੰ ਮੀਂਹ ਜਾਵੇ, ਹਨੇਰੀ ਜਾਵੇ ਨਾ, ਜਿਨ੍ਹਾਂ ਦੇ ਘਰੇ ਗਾਂਧੀ ਵਾਲੇ ਨੋਟ ਆਉਂਦੇ ਆ ਨਾ, ਉਹਨਾਂ ਨੂੰ ਆਮ ਪਬਲਿਕ ਦਾ ਦਰਦ ਮਹਿਸੂਸ ਨਹੀਂ ਹੁੰਦਾ। ਦਰਦ ਉਹਨਾਂ ਲੋਕਾਂ ਨੂੰ ਮਹਿਸੂਸ ਹੁੰਦਾ ਜਿਹੜੇ ਲੋਕ ਉਸ ਦੌਰ ਵਿੱਚ ਦੀ ਗੁਜ਼ਰ ਕੇ ਆਏ ਹੁੰਦੇ ਆ। ਕਿਉਂ ਮੈਂ ਕਹਿੰਦੀ ਹਾਂ ਅਕਸਰ ਆਪਦੀਆਂ ਵੀਡੀਓ ਦੇ ਵਿੱਚ ਕਿ ਆਪਦੇ ਬੱਚਿਆਂ ਨੂੰ ਐਜੂਕੇਟ ਕਰੋ, ਐਜੂਕੇਸ਼ਨ ਦਵਾਓ ਆਪਦੇ ਬੱਚਿਆਂ ਨੂੰ। ਅੱਜ ਦੇਖੋ, ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦਾ SSP ਜਿਹੜਾ ਸੀ, ਜਿਹਦੀ ਮੌਜੂਦਗੀ ਦੇ ਵਿੱਚ ਧਰਨੇ ਚ ਕਾਫੀ ਤਰ੍ਹਾਂ ਦੇ ਵਿਵਾਦ ਰਹੇ ਨੇ, ਉਹ ਵੀ ਪੰਜਾਬ ਤੋਂ ਬਾਹਰ ਦਾ, DC ਮੈਡਮ ਵੀ ਪੰਜਾਬ ਤੋਂ ਬਾਹਰ। ਕੀ ਸਾਡੇ ਪੰਜਾਬ ਦਾ ਯੂਥ ਹੈ ਨਹੀਂ ਗਾ ਜਿਹੜਾ ਹਾਇਰ ਪੋਸਟਾਂ ਦੇ ਉੱਤੇ ਮਤਲਬ ਕਿ ਤੈਨਾਤ ਹੋ ਸਕੇ? ਕਮ ਸੇ ਕਮ ਉਹ ਬੱਚੇ ਤਾਂ ਆਉਣ ਨਾ ਜਿਹੜੇ ਇਸ ਮਾਹੌਲ ਚੋਂ ਉੱਭਰ ਕੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਬਾਬੇ ਦਾਦਿਆਂ ਨੇ ਪ੍ਰੋਟੈਸਟ ਕੀਤਾ, ਜਿਨ੍ਹਾਂ ਦੇ ਬਾਬੇ ਦਾਦੇ ਸੜਕਾਂ ਦੇ ਉੱਤੇ ਰੁਲੇ ਨੇ। ਇਹ ਰੁਝਾਨ ਸਾਡਾ ਵੀ ਖਤਮ ਹੁੰਦਾ ਜਾ ਰਿਹਾ, ਸ਼ਾਇਦ ਮੈਨੂੰ ਲੱਗਦਾ ਇਹ ਵੀ ਕਾਰਨ ਆ ਸਾਡਾ ਲੋਕਾਂ ਦਾ ਸੜਕਾਂ ਤੇ ਆਉਣ। ਮੈਮ ਦੇਖੋ, ਇਹ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਅਸੀਂ ਹੁਣ ਜੇ ਦੇਖੀਏ ਸਰਕਾਰੀ ਪਦਵੀਆਂ ਦੇ ਉੱਤੇ, ਸਾਡੇ ਪੰਜਾਬ ਦੇ ਜਿਹੜੇ ਵਾਸੀ ਨੇ, ਜੰਮਪਲ ਬੱਚੇ ਨੇ, ਉਹ ਘੱਟ ਦਿਖ ਰਹੇ ਨੇ ਔਰ ਪ੍ਰਵਾਸੀ ਸਾਨੂੰ ਜ਼ਿਆਦਾ ਦਿਖ ਰਹੇ ਨੇ। ਇਹ ਇੱਕ ਸਰਕਾਰ ਦਾ ਜੀ ਇੱਕ ਕਹਿ ਸਕਦੇ ਹਾਂ ਕਿ ਇੱਕ ਨਵਾਂ ਤਰੀਕਾ ਹੈ ਪੰਜਾਬ ਨੂੰ ਖਤਮ ਕਰਨ ਦਾ, ਪੰਜਾਬੀਅਤ ਨੂੰ ਖਤਮ ਕਰਨ ਦਾ, ਉਹ ਚੀਜ਼ ਸਾਨੂੰ ਸਮਝ ਜੀ ਲੱਗਦੀ ਹੈ। ਲੇਕਿਨ ਮੇਰਾ ਜੀ ਪੁਆਇੰਟ ਇੱਕ ਫਿਰ ਇਹ ਆ ਜਾਂਦਾ ਹੈ ਕਿ ਇਹ ਇੱਡੇ ਬੇਗੈਰਤ ਲੋਕ ਨੇ, ਇਹਨਾਂ ਦੇ ਪਰਿਵਾਰ ਵਾਲੇ, ਖੁਦ ਇਹਨਾਂ ਦੀਆਂ ਜਨਾਨੀਆਂ ਜਾਂ ਇਹਨਾਂ ਦੇ ਮਾਵਾਂ, ਇਹ ਇੰਨੇ ਬੇਗੈਰਤ ਨੇ ਕਿ ਇੱਕ ਪੈਸਿਆਂ ਖਾਤਰ, ਇੱਕ ਅਹੁਦਿਆਂ ਖਾਤਰ
ਇੱਕ ਜਾ ਕੇ जी ਧਰਨੇ ਤੇ ਬੈਠੇ ਧਰਨਾਕਾਰੀਆਂ ਨੂੰ ਕੁੱਟਦੇ ਮਾਰਦੇ ਨੇ, ਧੀਆਂ ਭੈਣਾਂ ਦੀ ਵੀ ਇੱਜ਼ਤ ਪੱਤ ਦਾ ਇਹਨਾਂ ਨੂੰ ਕੋਈ ਲਿਹਾਜ਼ जी ਨਹੀਂ ਹੈਗਾ। जी ਇਹ ਇੱਕ ਬੇਗੈਰਤ जी ਸੋਚ ਆਪਾਂ ਕਹਿ ਸਕਦੇ ਹਾਂ ਕਿ ਉੱਥੋਂ ਦੀ ਜਿੰਨੀਆਂ ਵੀ ਮਾਵਾਂ ਭੈਣਾਂ ਦੇ ਨਾਲ ਇਹ ਹੋਇਆ, ਤੁਸੀਂ ਉਹਨਾਂ ਦੀ ਇੱਕ ਆਵਾਜ਼ ਬਣ ਕੇ ਸਾਹਮਣੇ ਹੋ ਅੱਜ ਸਾਡੇ ਚੈਨਲ ਤੇ, ਕੀ ਤੁਹਾਨੂੰ ਲੱਗਦਾ ਕਿ ਉਹ ਸਾਰੀਆਂ ਭੈਣਾਂ ਕੀ ਇਹਨਾਂ ਨੂੰ ਲਾਂਤਾ ਪਾਉਂਦੀਆਂ ਨੇ ਜਾਂ ਕੀ ਕਰਦੀਆਂ ਨੇ, ਥੋੜਾ ਜਿਹਾ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ। ਦੇਖੋ ਜੀ 100% ਆ ਜੀ, ਜਿਹੜੀਆਂ ਭੈਣਾਂ ਦੇ ਨਾਲ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਟ੍ਰੈਜਡੀ ਵਾਪਰੀ ਆ, ਜਿਨ੍ਹਾਂ ਦੇ ਨਾਲ ਤਸ਼ੱਦਦ ਹੋਇਆ, ਨੈਚੁਰਲੀ ਉਹਨਾਂ ਦੀ ਜਿਹੜੀ ਆਤਮਾ ਕੋਈ ਇਹਨਾਂ ਨੂੰ ਸੀਸਾਂ ਨਹੀਂ ਦਿੰਦੀ, ਫੁੱਲ ਨਹੀਂ ਪਾਉਂਦੀ। ਪਰ ਜੇ ਆਪਾਂ ਡੀਪਲੀ ਜਾਈਏ ਤਾਂ ਤੁਸੀਂ ਮੈਨੂੰ ਲੱਗਦਾ ਵੀ ਜਿਹੜੇ ਪੁਆਇੰਟ ਤੇ ਤੁਸੀਂ ਲਿਆਉਣਾ ਚਾਹੁੰਦੇ ਆ, ਜੇ ਆਪਾਂ ਉਸ ਪੁਆਇੰਟ ਦੀ ਗੱਲ ਕਰੀਏ ਤਾਂ ਦੇਖੋ ਕਰਪਟ ਜਿਹੜਾ ਸਾਡਾ ਸਿਸਟਮ ਆ ਨਾ, ਸਾਡੇ ਸਿਸਟਮ ਦੇ ਵਿੱਚ ਜਿਹੜੀ ਚਮਕਾਗਿਰੀ ਆ, ਸਭ ਤੋਂ ਵੱਧ ਸਾਡੀ ਇਨਸਾਨੀਅਤ ਨੂੰ ਫੇਲੀਅਰ ਦੇ ਤੌਰ ਤੇ ਇਹ ਲਿਜਾ ਰਹੀ ਆ। ਜਿਹੜਾ ਪੁਲਿਸ ਬਿਲਕੁਲ ਪ੍ਰਸ਼ਾਸਨ ਆ, ਪੁਲਿਸ ਪ੍ਰਸ਼ਾਸਨ ਦੀ ਇੱਕ ਸੋਚ ਆ ਕਿ ਹਾਂ ਆਪਾਂ ਐਜ ਏ ਮਲਹੋਤਰੇ ਤੇ ਹੀ ਲੱਗੇ, ਕਈ ਮਲਹੋਤਰੇ ਇਸ ਤਰ੍ਹਾਂ ਦੇ ਕਾਰਪੋਰੇਟ ਘਰਾਣਿਆਂ ਦੇ ਹੁਕਮਰਾਨ ਰਹੇ। ਆਪਾਂ ਗੱਲ ਕਰੀਏ ਮਤਲਬ ਕਿ ਜਦੋਂ ਸਾਡੇ ਪ੍ਰਸ਼ਾਸਨ ਲਈ ਸਵਾਲ ਤਾਂ ਇੱਥੇ ਇਹ ਵੀ ਬਹੁਤ ਵੱਡਾ ਖੜਾ ਹੁੰਦਾ ਕਿ ਪ੍ਰਸ਼ਾਸਨ ਲਈ ਇੱਕ ਕਾਰਪੋਰੇਟ ਘਰਾਣੇ ਦਾ ਬੰਦਾ, ਇੱਕ ਮਲਹੋਤਰਾ ਜਿਹੜਾ ਉਹ ਬਹੁਤ ਅਹਿਮੀਅਤ ਰੱਖਦਾ, ਉਹ ਮਾਵਾਂ ਭੈਣਾਂ ਅਹਿਮੀਅਤ ਨਹੀਂ ਰੱਖਦੀਆਂ ਜਿਹੜੀਆਂ ਪੋਹ ਦੇ ਮਹੀਨੇ ਦੇ ਵਿੱਚ ਠੰਡੀ ਬਿਲਕੁਲ ਸ਼ੀਤ ਲਹਿਰ ਚੱਲ ਰਹੀ ਆ ਤੇ ਉਹ ਧਰਨਿਆਂ ਦੇ ਉੱਤੇ ਬੈਠੀਆਂ ਨੇ, ਆਪਦੇ ਹੱਕਾਂ ਲਈ ਬੈਠੀਆਂ ਨੇ। ਪਹਿਲੀ ਗੱਲ ਤਾਂ ਸਭ ਤੋਂ ਵੱਧ ਇਹਨਾਂ ਦੀ ਨਿੰਦਣ ਯੋਗ ਜਿਹੜੀ ਗੱਲ ਹੈ ਉਹ ਇਹ ਆ ਕਿ ਪੋਹ ਦੇ ਮਹੀਨੇ ਦੇ ਉੱਤੇ ਇਹਨਾਂ ਨੇ ਇੰਨਾ ਤਸ਼ੱਦਦ ਢਾਇਆ, ਜਦੋਂ ਕਿ ਲੋਕ ਘਰਾਂ 'ਚ ਬਹਿ ਕੇ ਉਹ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ, ਜਿਹੜਾ ਸਾਡੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੀ ਯਾਦ ਦੇ ਵਿੱਚ ਥਾਂ ਥਾਂ ਧਾਰਮਿਕ ਸਮਾਗਮ ਹੋ ਰਹੇ ਨੇ, ਦੀਵਾਨ ਚੱਲ ਰਹੇ ਨੇ, ਸੋਗ ਸਭਾ ਚੱਲ ਰਹੀ ਆ, ਉਹਨਾਂ ਦਿਲਾਂ ਦੇ ਬਿਲਕੁਲ ਵਿੱਚ ਇਹਨਾਂ ਨੇ ਸਾਡੇ ਤੇ ਕਹਿਰ ਢਾਇਆ। ਤੇ ਇਹ ਕੋਈ ਇਹਨਾਂ ਦੀ ਕੋਈ ਬਹੁਤੀ ਵਧੀਆ ਇਹਨਾਂ ਦੀ ਮਤਲਬ ਕਿ ਸਾਡੇ ਅੱਗੇ ਨੀ ਉਹਨੂੰ ਕਹਿ ਲਓ ਕਿ ਚਿਹਰਾ ਨਹੀਂ ਸਾਹਮਣੇ ਸਾਡੇ ਅੱਗੇ ਚਲੋ ਇਹਨਾਂ ਦਾ ਆਇਆ, ਇੱਕ ਖਲੌਣਾ ਤੇ ਇੱਕ ਉਹ ਨਕਾਬ ਉਤਰਿਆ ਇਹਨਾਂ ਦੇ ਚਿਹਰਿਆਂ ਦੇ ਉੱਤੋਂ, ਜਿਹੜਾ ਕਿ ਸਦੀਆਂ ਪਹਿਲਾਂ 84 ਦੇ ਦੌਰ ਮੌਕੇ ਇਹਨਾਂ ਦੇ ਚਿਹਰਿਆਂ ਤੋਂ ਉਤਰਿਆ ਸੀ, ਉਹ ਅੱਜ ਵੀ ਬਿਲਕੁਲ ਉਤਰਿਆ। ਸੋ ਅੱਜ ਵੀ ਜਿਹੜੇ ਗੱਲ ਆ ਕਿ ਇਹ ਜਿਹੜੇ ਲੋਕ ਨੇ, ਸਿਸਟਮ ਦੇ ਲੋਕ ਨੇ, ਇਹ ਅੱਜ ਵੀ ਕਾਰਪੋਰੇਟ ਘਰਾਣੇ ਦੀਆਂ ਝੋਲੀਆਂ ਦੇ ਵਿੱਚ ਡਿੱਗੇ ਹੋਏ ਨੇ, ਅੱਜ ਵੀ ਉਹਨਾਂ ਦੀ ਚਮਚਾਗਿਰੀ ਕਰ ਰਹੇ ਨੇ, ਅੱਜ ਵੀ ਇਹਨਾਂ ਦੇ ਵਿੱਚ ਜੇ ਕਹੀਏ ਅਸੀਂ ਵੀਕ ਨਹੀਂ, ਮੈਂ ਇਹਨਾਂ ਲੋਕਾਂ ਨੂੰ ਸਭ ਤੋਂ ਵੱਡੇ ਕਮਜ਼ੋਰ ਤੇ ਬੋਝ ਦਿਲ ਮੰਨਦੀ ਆ, ਜਿਹੜੇ ਪਾਵਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਹੀਂ ਰੱਖਦੇ, ਇਹ ਉਹ ਕੈਰ ਲੋਕ ਨੇ। ਤੁਸੀਂ ਦੇਖੋ ਬਿਲਕੁਲ ਮੇਰੇ ਘਰ ਜਦੋਂ ਛਾਪੇ ਮਾਰੀ ਹੁੰਦੀ ਆ, ਚੰਦ ਮਿੰਟ ਪਹਿਲਾਂ ਮੈਨੂੰ ਕਾਲ ਆਉਂਦੀ ਆ, ਪਤਾ ਲੱਗਦਾ ਕਿ ਮੇਰੇ ਘਰ ਛਾਪੇ ਮਾਰੀ ਹੋਣ ਵਾਲੀ ਆ, ਨਾਲ ਦੇ ਕੁਛ ਆਗੂ ਅਰੈਸਟ ਕਰ ਲੈ ਗਏ ਨੇ, ਕੁਛ ਰੂਹ ਕੋਸ਼ ਹੋ ਗਏ ਨੇ, ਥੋੜਾ ਜਿਹਾ ਮੈਂ ਘਰ ਤੋਂ ਸਾਈਡ ਤੇ ਹੁੰਨੀ ਆ। ਦੇਖੋ ਕਿੰਨਾ ਸਾਨੂੰ ਲੋਕਾਂ ਨੇ ਇਹਨਾਂ ਨੇ ਇੱਕ ਕ੍ਰਿਮੀਨਲ ਤੌਰ ਤੇ ਪਬਲਿਕ 'ਚ ਪੇਸ਼ ਕੀਤਾ ਛਾਪੇਮਾਰੀ ਕਰਕੇ, ਅਸੀਂ ਬਹੁਤ ਵੱਡੇ ਗੌਂਡਰ ਸੀ ਜਾਂ ਸਾਡਾ ਬੈਕਗ੍ਰਾਉਂਡ ਬਿਲਕੁਲ ਕ੍ਰਿਮੀਨਲ ਸੀ, ਲਮਾਰੀਆਂ ਤੱਕ ਮੇਰੀਆਂ ਫਰੋਲੀਆਂ ਗਈਆਂ, ਕਬਰ ਤੱਕ ਮੇਰੇ ਫਰੋਲੇ ਗਏ, ਵਾਸ਼ਿੰਗ ਮਸ਼ੀਨਾਂ ਤੱਕ ਫਰੋਲੀਆਂ ਗਈਆਂ। ਵੀ ਤੁਸੀਂ ਇਹ ਦੇਖੋ ਮੈਂ ਕੋਈ ਕ੍ਰਾਈਮ ਕਰਕੇ ਭੱਜੀ ਹੋਈ ਕੁੜੀ ਸੀ, ਜਦੋਂ ਕਿ ਬਿਲਕੁਲ SHO ਮੈਨੂੰ ਫੋਨ ਲਾਉਂਦੀ ਆ, ਪੁੱਛਦੀ ਆ ਪ੍ਰਧਾਨ ਜੀ ਕਿੱਥੇ ਹੋ, ਤੇ ਉਹਨੂੰ ਮੈਂ ਦੱਸ ਰਹੀ ਆ ਕਿ ਮੈਂ ਇਸ ਜਗ੍ਹਾ ਤੇ ਆ, ਇਸ ਤਰ੍ਹਾਂ ਭਾਈ ਜੀ ਹਾਂਜੀ ਦੱਸੋ ਕੀ ਗੱਲ ਹੈ, ਮੈਂ ਤੁਹਾਨੂੰ ਮਿਲ ਲੈਣੀ ਆ, ਫੈਮਿਲੀ ਮੇਰੀ ਕਹਿ ਰਹੀ ਆ ਤੁਸੀਂ ਦੱਸੋ ਕਿੱਥੇ ਲੈ ਕੇ ਆਉਣਾ, ਸਾਡੀ ਬੇਟੀ ਆਊਗੀ ਕਿਉਂ, ਕਿਉਂਕਿ ਮੈਂ ਕਿਹੜਾ ਕੋਈ ਅਪਰਾਧ ਕੀਤਾ ਸੀ, ਇੱਕ ਹੱਕ ਤੇ ਸੱਚ ਦੀ ਲੜਾਈ ਲੜ ਰਹੀ ਆ। ਫਿਰ ਮੈਨੂੰ ਮਜਬੂਰਨ ਮੀਡੀਆ 'ਚ ਆ ਕੇ ਬਿਆਨ ਦੇਣਾ ਪਿਆ ਕਿ ਜੇ ਭਾਈ ਦੁਬਾਰਾ ਮੇਰੇ ਘਰੇ ਤੁਸੀਂ ਛਾਪੇ ਮਾਰੀ ਕਰਦੇ ਹੋ, ਕਿਉਂਕਿ ਦੇਖੋ ਭੈਣ ਜੀ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਮੈਂ ਲੰਮੇ ਸਮੇਂ ਤੋਂ ਇੱਕ ਉਹ ਲੜਾਈ ਲੜ ਰਹੀ ਆ ਜਿਹਨੂੰ ਸਾਡੇ ਮਰਦ ਪ੍ਰਧਾਨ ਸਮਾਜ ਵੀ ਅੱਗੇ ਆ ਕੇ ਚੁਣੌਤੀ ਦੇਣ ਤੋਂ ਡਰ ਰਿਹਾ। ਮੈਂ ਇੱਕ ਚਿੱਟੇ ਦੀ ਲੜਾਈ ਲੜ ਰਹੀ ਹਾਂ, ਇੱਕ ਡਰੱਗ ਦੀ ਲੜਾਈ ਲੜ ਰਹੀ ਹਾਂ, ਇੱਕ ਉਹਨਾਂ ਚਿਹਰਿਆਂ ਦੇ ਨਾਲ ਲੜ ਰਹੀ ਹੋਵਾਂ ਜਿਹੜੇ ਚਿਹਰੇ ਪੂਰੇ ਸੱਤਾ ਦੇ ਵਿੱਚ ਕਾਬਜ਼ ਹੋਣ, ਤੇ ਮੈਂ ਇੱਕ ਨੋਰਮਲ ਪਰਿਵਾਰ ਦੀ ਧੀ ਹੋਵਾਂ। ਇਹ
ਇੰਨੀ ਭਾਰੀ ਫੋਰਸ ਲੈ ਕੇ ਮੇਰੇ ਘਰੇ ਆਉਂਦੇ ਆ, ਗੱਦਿਆਂ ਤੱਕ ਚੱਕੇ ਜਾਂਦੇ ਆ, ਕਬਰ ਤੱਕ ਫਰੋਲੇ ਜਾਂਦੇ ਆ, ਮੈਨੂੰ ਕੀ ਭਰੋਸਾ ਵੀ ਪੁਲਿਸ ਪ੍ਰਸ਼ਾਸਨ ਨਾਲ ਤਾਂ ਮੇਰੀ ਅੱਗੇ ਲੱਗਦੀ ਆ, ਕਿਉਂਕਿ ਨੈਚੁਰਲੀ ਬਿਲਕੁਲ ਨਸ਼ਾ ਤਸਕਰੀ ਨੂੰ ਲੈ ਕੇ ਮੈਂ ਇਹਨਾਂ ਨੂੰ ਘੇਰਦੀ ਰਹਿੰਦੀ ਆ। ਅੱਜ ਵੀ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਨੂੰ ਇਹੀ ਸਵਾਲ ਆ ਕਿ ਜਦੋਂ ਅਸੀਂ ਕਹਿੰਦੇ ਆ ਫਲਾਣੇ ਥਾਂ ਨਸ਼ਾ ਤਸਕਰੀ ਹੋ ਰਹੀ ਆ, ਉਦੋਂ ਤੁਸੀਂ ਸਾਨੂੰ ਇਹ ਕਹਿ ਦਿੰਦੇ ਸਾਡੇ ਕੋਲੇ ਮਫਰੀ ਨਹੀਂ, ਸਟਾਫ ਹੀ ਨਹੀਂ ਹੈ ਥਾਣਿਆਂ ਦੇ ਵਿੱਚ। ਜਦੋਂ ਇੱਕ ਆਮ ਪਰਿਵਾਰ ਦੇ ਮੈਂਬਰਾਂ ਨੂੰ ਅਰੈਸਟ ਕਰਨਾ ਹੁੰਦਾ, ਜਿਹੜੇ ਕਿ ਇੱਕ ਸਮਾਜ ਦੀ ਲੜਾਈ ਲੜ ਰਹੇ, ਉਹ ਲੜਾਈ ਲੜ ਰਹੇ ਆ ਜਿਹੜੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਸਾਡੇ ਗੁਰੂ ਸਾਹਿਬਾਨਾਂ ਨੇ ਜਿਹਦੀ ਵਡਿਆਈ ਕੀਤੀ, ਜਿਹਨੂੰ ਅਹਿਮੀਅਤ ਦਿੱਤੀ, ਉਹਨਾਂ ਚੀਜ਼ਾਂ ਨੂੰ ਅਸੀਂ ਬਚਾ ਰਹੇ ਹਾਂ। ਜੇ ਅਸੀਂ ਵਾਤਾਵਰਣ ਨੂੰ ਬਚਾ ਰਹੇ ਹਾਂ, ਪਾਣੀ ਨੂੰ ਬਚਾ ਰਹੇ ਹਾਂ, ਧਰਤ ਮਾਂ ਨੂੰ ਬਚਾ ਰਹੇ ਹਾਂ, ਮੈਨੂੰ ਲੱਗਦਾ ਕੋਈ ਅਸੀਂ ਕ੍ਰਾਈਮ ਨਹੀਂ ਕਰ ਰਹੇ ਗੇ। ਸੋ ਮੈਨੂੰ ਬਿਲਕੁਲ ਮਜਬੂਰਨ ਮੀਡੀਆ ਚ ਆ ਕੇ ਇਹ ਬਿਆਨ ਦੇਣਾ ਪਿਆ ਵੀ ਮੇਰੇ ਪਿੰਡ ਦੀ ਪੰਚਾਇਤ ਤੇ ਜ਼ਿੰਮੇਵਾਰ ਬੰਦਿਆਂ ਤੋਂ ਬਿਨਾਂ ਮੇਰੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਦੁਬਾਰਾ ਨਹੀਂ ਹੋਊਗੀ। ਬੱਚਿਆਂ ਮੇਰਿਆਂ ਨੂੰ ਹਰਾਸ ਕੀਤਾ ਗਿਆ, ਤਰ੍ਹਾਂ ਤਰ੍ਹਾਂ ਦੇ ਸਵਾਲ ਬਾਜ਼ੀਆਂ ਕੀਤੀਆਂ ਗਈਆਂ। ਕੋਈ ਰਮਨਦੀਪ, ਕੋਈ ਖਿਡੌਣਾ ਤਾਂ ਹੈ ਨਹੀਂ ਸੀ ਵੀ ਜਿਹੜੀ ਕਬਰਾਂ ਦੇ ਵਿੱਚ ਲੁੱਕ ਕੇ ਬਹਿ ਜਾਂਦੀ। ਰਮਨਦੀਪ ਇੱਕ 5 ਫੁੱਟ 3 ਇੰਚ ਦੀ ਕੁੜੀ ਸੀ, ਹੈਲਥੀ ਸੀ, ਉਹਨੂੰ ਲੁਕਣ ਲਈ ਕੋਈ ਜਗ੍ਹਾ ਚਾਹੀਦੀ ਸੀ। ਕੋਈ ਇਹ ਨਹੀਂ ਸੀ ਕਿ ਸਾਡੇ ਕਬਰਾਂ ਦੇ ਵਿੱਚ ਮੈਂ ਲੁੱਕ ਸਕਦੀ ਸੀ, ਪਰ ਇਹਦਾ ਨਤੀਜਾ ਇਹ ਵੀ ਨਿਕਲ ਸਕਦਾ ਸੀ। ਲਾਗਤਬਾਜ਼ੀ ਵਾਲੇ ਲੋਕ ਮੇਰੇ ਘਰੇ ਕੋਈ ਚਿੱਟਾ ਰੱਖਦੇ ਜਾਂ ਕੁਛ ਰੱਖਦੇ, ਨੈਚੁਰਲੀ ਕੁਛ ਵੀ ਕਰ ਸਕਦੇ ਸੀ, ਇਹਨਾਂ ਦੇ ਹੱਥ ਦੇ ਵਿੱਚ ਪਾਵਰ ਸੀ, ਨਜਾਇਜ਼ ਹਥਿਆਰਾਂ ਦੇ ਪਰਚੇ ਪਾਏ ਗਏ ਸਾਡੀ ਤੇ। ਕਮਾਲ ਦੀ ਗੱਲ ਹੈ, ਧਰਾਵਾਂ ਉਹ ਲਾਈਆਂ ਗਈਆਂ ਜਿਹੜੀਆਂ ਇੱਕ ਕ੍ਰਿਮੀਨਲ ਰਿਕਾਰਡ ਪੇਸ਼ ਕਰਦੀਆਂ ਨੇ, ਤੇ ਜੇ ਸਾਡਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਤਾਂ ਲੋਕ ਮੈਨੂੰ ਲੱਗਦਾ ਇਸ ਚੀਜ਼ ਦੀ ਗਵਾਹੀ ਦੇਣਗੇ ਕਿ ਅਸੀਂ ਕੀ ਹਾਂ। ਮੈਮ ਕਿਹੜੀ ਕਿਹੜੀ ਧਾਰਾ ਲਾ ਕੇ ਤੁਹਾਡੇ ਤੇ ਪਰਚਾ ਦਰਜ ਕੀਤਾ ਗਿਆ, ਥੋੜਾ ਦੱਸੋਗੇ? ਮੇਰੇ ਤੇ ਵੀ 14 ਧਾਰਾਵਾਂ ਲੱਗੀਆਂ ਹੋਈਆਂ ਨੇ, 153, 183, 81, 89, ਕਾਫੀ ਤਰ੍ਹਾਂ ਨੇ ਜਿਹੜੀਆਂ ਕਿ ਆਈ ਨੋ ਮੈਂ ਐਕਸਪਲੇਨ ਨਹੀਂ ਕਰ ਸਕਦੀ, ਪਰ ਡੇਂਜਰਸ ਨੇ। ਕੱਲੀ ਮੇਰੇ ਤੇ ਨਹੀਂ, ਮੇਰੇ ਨਾਲ ਪਰਮਜੀਤ ਕੌਰ ਮੋਦਕੀ ਆ ਭੈਣ, ਉਹਨਾਂ ਤੇ ਵੀ ਇਹੀ ਧਰਾਵਾਂ ਲਾਈਆਂ ਗਈਆਂ ਨੇ। ਫਿਰ ਗੁਰਜੰਟ ਸਿੰਘ ਸਰਪੰਚ ਬਾਈ ਜੀ, ਗੁਰਮੇਲ ਸਿੰਘ ਆ ਸਾਡੇ, ਮਤਲਬ ਕਿ ਪਹਿਲਾਂ 14 ਜਾਣਿਆਂ ਤੇ ਬਾਈ ਨੇਮ ਪਰਚੇ ਹੋਏ, ਫਿਰ ਇਹਨਾਂ ਨੇ ਵਧਾ ਕੇ 46 ਤੇ ਕਰਤੇ, 7 ਤੇ 1 ਪਰਚੇ ਕਰਤੇ। ਆਈ ਨੋ ਪੁਲਿਸ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ, ਨਜਾਇਜ਼ ਹਥਿਆਰ ਦੇਖੋ ਕਿ ਜਦੋਂ ਕਿ ਸੋਸ਼ਲ ਮੀਡੀਆ ਤੇ ਹਰ ਮੇਰੀ ਵੀਡੀਓ ਗਵਾਹ ਇਸ ਚੀਜ਼ ਦੀ, ਹਰ ਸਟੇਜ ਗਵਾਹ ਇਸ ਚੀਜ਼ ਦੀ ਕਿ ਰਮਨਦੀਪ ਦੇ ਹੱਥ 'ਚ ਕਦੇ ਡੰਡਾ ਤੇ ਝੰਡਾ ਵੀ ਨਹੀਂ ਹੋਇਆ, ਤੇ ਇਹਨਾਂ ਨੇ ਉਹ ਚੀਜ਼ਾਂ ਮੇਰੇ ਤੇ ਬਲੇਮ ਕੀਤੀਆਂ ਨੇ ਜਿਹੜੀਆਂ ਕਿ ਮੇਰੀ ਸੋਚ ਤੋਂ ਵੀ ਪਰੇ ਸੀ। ਪਰ ਨਹੀਂ, ਇਹਨਾਂ ਚੀਜ਼ਾਂ ਨੇ ਮੈਨੂੰ ਮਜ਼ਬੂਤ ਕੀਤਾ, ਮੈਨੂੰ ਬਲ ਦਿੱਤਾ। ਉਹ ਕਹਿੰਦੇ ਆ ਨਾ, ਧੁੰਦ ਦੇ ਬੱਦਲ ਆ ਜਾਣ ਨਾਲ ਸੂਰਜ ਚੜ੍ਹਨਾ ਨਹੀਂ ਭੁੱਲ ਜਾਂਦੇ, ਉਹ ਭੋਲ ਕਰਕੇ ਵੀ ਚੜ੍ਹਦੇ ਆ, ਪਰ ਚੜ੍ਹ ਕੇ ਜ਼ਰੂਰ ਰਹਿੰਦੇ ਆ। ਪਰ ਜਦੋਂ ਸੂਰਜਾਂ ਦੀ ਤਪਸ਼ ਆਉਂਦੀ ਆ ਨਾ, ਉਦੋਂ ਇਹਨਾਂ ਵਰਗੀਆਂ ਚੀਜ਼ਾਂ ਬਹੁਤ ਫਿੱਕੀਆਂ ਪੈ ਜਾਂਦੀਆਂ।